ਕਰਕੇ ਵੱਡੇ ਦਰਿਆ ਦੀ ਕਰਕੇ ਸੀਵਰੇਜ ਸਾਡੇ ਬੰਦ ਨੇ, ਘਰਾਂ ਦੇ ਵਿੱਚ ਬੈਠਣਾ ਔਖਾ ਹੋਇਆ ਹੈ, ਇੰਨੀ ਉੱਥੇ ਸਮੈਲਾਂ ਆਉਂਦੀਆਂ ਨੇ, ਸੀਵਰੇਜ ਬਲੌਕ ਹੋਏ ਹੋਏ ਨੇ, ਉਹ ਕੋਈ ਖੋਲਣ ਵਾਲਾ ਨਹੀਂ ਹੈਗਾ, ਕਿਉਂ ਨਹੀਂ ਹੈਗਾ? ਕੀ ਗੌਰਮੈਂਟ ਦੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ? ਜਿੰਨਾ ਵੀ ਹੈਗਾ ਇਹਦੇ 'ਚ ਹੀ ਹੈਗਾ, ਇਹਦੇ ਕਰਕੇ ਹੋਰ ਸਾਡੇ ਜਿਹੜੇ ਨਾਲ ਦੇ ਆਸ ਪੜੋਸ ਵਾਲੇ ਆ ਉਹਨਾਂ ਨੂੰ ਕੈਂਸਰ ਵਗੈਰਾ ਜਾਂ ਟੀਬੀ ਦੀ ਸ਼ਿਕਾਇਤ, ਹਰ ਇੱਕ ਤਰ੍ਹਾਂ ਦੀ ਜਿਹੜੀ ਦਿੱਕਤ ਇਨਸਾਨ ਦੇ ਅੰਦਰ ਦੂਰ ਦੂਰ ਤੱਕ ਨਹੀਂ ਹੈ, ਉਹ ਨਾਲੇ ਦੇ ਕੰਢੇ ਕੰਢੇ ਤੁਹਾਨੂੰ ਹਰੇਕ ਬਿਮਾਰੀ ਮਿਲੇਗੀ ਇੱਥੇ। ਕੀ ਕਹਿਣਾ ਚਾਹੋਗੇ? ਰਾਜਨੀਤੀ ਬਹੁਤ ਹੋਈ ਹੈ, ਰਾਜਨੀਤੀ ਹੋਈ ਹੈ, ਬਟ ਇਹਦਾ ਕੋਈ ਅਸਲ ਹੱਲ ਨਹੀਂ ਨਿਕਲਿਆ। ਤੁਸੀਂ ਸੱਤ ਵਜੇ ਦੇਖੋ ਸਰ, ਪਿੱਛੋਂ ਮੇਰਾ ਕਲੀਨ ਆਉਂਦਾ ਵਾ, ਬਟ ਜਿੱਥੇ ਜਾ ਕੇ ਬੁੱਢਾ ਨਾਲਾ ਮਿਲਦਾ ਵਾ, ਉਹ ਦੁਆਰ ਸਰ ਲਈ ਕਾਲਾ ਹੋ ਜਾਂਦਾ। ਲੋਕ ਸਭਾ ਚੋਣਾਂ ਦਾ ਵੇਲਾ ਹੈ ਤੇ ਬਹੁਤ ਸਾਰੇ ਇਸ਼ੂਜ਼ ਨੇ ਜੋ ਲੋਕਾਂ ਦੇ ਨਾਲ ਕੰਸਰਨ ਨੇ, ਤੇ ਲੋਕੀ ਐਤਕੀ ਕਿਸ ਪਾਰਟੀ ਨੂੰ ਵੋਟ ਦੇਣਗੇ, ਇਹ ਇਸ਼ੂ ਕਿਵੇਂ ਇਹਨਾਂ ਚੋਣਾਂ ਨੂੰ ਪ੍ਰਭਾਵਿਤ ਕਰਨਗੇ, ਇਸ ਨੂੰ ਜਾਣਦੇ ਲਈ ਅਸੀਂ ਮੌਜੂਦ ਹਾਂ ਲੁਧਿਆਣੇ ਦੇ ਵਿੱਚ, ਤੇ ਜਿਸ ਥਾਂ ਤੇ ਆਪਾਂ ਖੜੇ ਹੋਏ ਉਹਦਾ ਨਾਂ ਹੈ ਹੈਬੋਵਾਲ। ਮੇਰੇ ਖੱਬੇ ਪਾਸੇ ਤੁਹਾਨੂੰ ਨਜ਼ਰ ਆ ਰਿਹਾ ਇੱਕ ਗੰਦਾ ਨਾਲਾ, ਇਸ ਨੂੰ ਬੁੱਢਾ ਨਾਲਾ ਕਹਿ ਕੇ ਪੁਕਾਰਿਆ ਜਾਂਦਾ ਹੈ, ਤੇ ਇਹ ਜਿਹੜਾ ਨਾਲਾ ਇੱਕ ਟ੍ਰਿਬਿਊਟਰੀ ਹੈਗਾ ਸਤਲੁਜ ਰਿਵਰ ਦਾ, ਪਿਛਲੇ 3 ਦਹਾਕਿਆਂ ਤੇ ਇਹ ਜਿਹੜਾ ਨਾਲਾ ਹੈ ਲਗਾਤਾਰ ਪੋਲਿਊਟ ਹੋਈ ਜਾ ਰਿਹਾ, ਪ੍ਰਦੂਸ਼ਣ ਇੱਦਾਂ ਵਧੀ ਜਾ ਰਿਹਾ, ਕਿਉਂਕਿ ਐਫਲੂਐਂਟਸ ਜਿਹੜੇ ਹੈਗੇ ਜਿਹੜੇ ਕੈਮੀਕਲਸ ਨੇ ਇੰਡਸਟਰੀਜ਼ ਦੇ ਦੁਆਰਾ ਲਗਾਤਾਰ ਇਹਦੇ ਵਿੱਚ ਰਿਲੀਜ਼ ਕੀਤੇ ਜਾ ਰਹੇ ਨੇ, ਤੇ ਇਹ ਨਾਲਾ ਲੋਕਾਂ ਦੇ ਲਈ ਇੱਕ ਮੁਸੀਬਤ ਬਣਿਆ ਹੋਇਆ, ਖਾਸ ਕਰ ਜਦੋਂ ਵੀ ਹੜ੍ਹ ਆਉਂਦੀ ਹੈ, ਹੜ੍ਹ ਦੇ ਦੌਰਾਨ ਇਹਦਾ ਪਾਣੀ ਹੈ ਓਵਰਫਲੋ ਕਰ ਜਾਂਦਾ ਹੈ, ਤੇ ਜਿਹੜੇ ਲੋਅ ਲਾਈਂਗ ਏਰੀਆਜ਼ ਨੇ ਉਹਦਾ ਰਹਿਣ ਵਾਲੇ ਲੋਕਾਂ ਦੇ ਲਈ ਇੱਕ ਮੁਸੀਬਤ ਬਣਦਾ ਹੈ, ਤੇ ਸਾਡੇ ਨਾਲ ਮੌਜੂਦ ਨੇ ਲੋਕਲ ਲੋਕ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਵੇਂ ਇਹ ਜਿਹੜਾ ਨਾਲਾ ਹੈ ਲੋਕਾਂ ਦੇ ਲਈ ਇੱਕ ਮੁਸੀਬਤ ਬਣਿਆ ਹੋਇਆ। ਸਰ ਤੁਸੀਂ ਆਪਣਾ ਨਾਮ ਦੱਸੋਗੇ? ਮੇਰਾ ਨਾਮ ਸਿਰਜਨ ਪ੍ਰਧਾਨ ਹੈ ਜੀ। ਪ੍ਰਧਾਨ ਜੀ ਕਿੰਨੀ ਕਰ ਉਮਰ ਹੋਗੀ ਤੁਹਾਡੀ? ਮੇਰੀ ਹੈਗੀ 75-76 ਸਾਲ ਦੀ ਉਮਰ ਹੈਗੀ ਆ। ਤੁਹਾਡੀ 75 ਸਾਲ ਦੀ ਹੋ ਗਈ ਉਮਰ, ਇਹ ਦੱਸੋ ਕਿ ਇਹ ਜਿਹੜਾ ਨਾਲਾ ਹੈ ਤੁਸੀਂ ਕਦੋਂ ਤੇ ਇਸ ਨੂੰ ਪ੍ਰਦੂਸ਼ਿਤ ਦੇਖ ਰਹੇ ਹੋ? ਇਹਦਾ ਗੜਦਾ ਗੜਾ ਪਹਿਲਾਂ ਤਾਂ ਥੋੜਾ ਠੀਕ ਸਾ, ਤਾਂ 40-50 ਸਾਲ ਹੋ ਗਏ ਇੱਦਾਂ ਹੀ ਦੇਖ ਰਹੇ ਗੰਦਾ ਹੀ ਨਾਲਾ। ਹਾਂ, ਕੋਈ ਸਰਕਾਰ ਨੇ ਕੋਈ ਉਪਰਾਲਾ ਕੀਤਾ ਕਿ ਇਸ ਨੂੰ? ਸਰਕਾਰ ਨੇ ਜਾਲੀਆਂ ਲਗਾਈਆਂ, ਕਿਆ ਪਹਿਲਾਂ ਗਾਰ ਕੱਢ ਦਿੰਦੇ, ਕਿਆ ਸੜਕਾਂ ਬਣਾਈਆਂ, ਹੋਰ ਕੋਈ ਪਾਰ ਨਹੀਂ। ਕਈ ਵਾਰ ਇਹ ਕਾਗਜ਼ਾਂ ਛਿੱਤਾ ਜਿਹਾ ਆਇਆ, ਅੱਜ ਤੱਕ ਛਿੱਤਾ ਹੀ ਨਹੀਂ ਹੈਗਾ। ਇਤਨੀ ਬਿਮਾਰੀ ਪੈਦਾ ਹੋਣਾ ਹੱਦ ਤੋਂ ਜ਼ਿਆਦਾ। ਮੈਂ ਇਸੀ ਡਿਪਾਰਟਮੈਂਟ ਮਹਿਕਮੇ ਕੰਮ ਕਰਦਾ ਸੀ, ਕਿੰਨੀ ਦਫ਼ਾ ਸਾਨੂੰ 30 ਸਾਲ ਕੰਮ ਕੀਤਾ, ਬਾਕੀ ਦਾ ਕੋਈ ਸੁਧਾਰ ਨਹੀਂ ਆਇਆ। ਕਰਦਾ ਸੀ, ਹੁਣ ਤਾਂ ਰਿਟਾਇਰ ਹੋ ਗਿਆ। ਇਹ ਜਿਹੜਾ ਨਾਲਾ ਹੈ ਬਰਸਾਤ ਦੇ ਵਿੱਚ ਕਿਵੇਂ ਲੋਕਾਂ ਦੇ ਲਈ ਮੁਸੀਬਤ ਬਣਦਾ? ਘਰ ਭਰ ਜਾਂਦਾ, ਅਸੀਂ ਤਾਂ ਪਾਣੀ ਰੋਕ ਰੋਕ ਕਹਿੰਦਾ, ਸੜਕਾਂ ਬਣਾਈ ਹੋਈ ਹੈ ਤਾਂ ਜਾ ਕੇ ਪਾਣੀ ਰੁਕਿਆ ਨੀ, ਸਾਡੇ ਘਰ ਵਿੱਚ ਇੰਨਾ ਪਾਣੀ ਆ ਜਾਂਦਾ ਸੀ, ਮੰਜੇ ਵੀ ਐ ਫਿਰਤੇ ਸੀ ਰੂੜੇ। ਜਿਸ ਟਾਈਮ ਬਰਸਾਤ ਆਉਂਦੀ ਨਾ, ਪੂਰਾ ਇਹਦਾ ਨਾਕਾ ਟੁੱਟ ਜਾਂਦਾ। ਆਹ ਦੇਖੋ ਮੇਰੇ ਘਰ ਦੇ ਨਾਲ ਕਿੱਦਾਂ ਜਵਾਬਾਰਾ ਖੜਾ ਹੋਇਆ, ਗਾਸ ਇਹ ਸਾਰਾ ਮੱਛਰ ਦੀ ਬਿਮਾਰੀ ਹੈ, ਕੀੜਾ ਕੰਡਾ ਸੈਂਕੜ ਹੋਇਆ। ਇਹਦਾ ਪਤਾ ਨੀ ਕਿੰਨੀ ਸਰਕਾਰ ਆਈ, ਕਹਿੰਦੇ ਵੀ ਨਾਲਾ ਸੁਧਾਰ ਕਰਾਂਗੇ, ਸੁਧਾਰ ਕਰਨਾ ਤਾਂ ਸੁਧਾਰ ਨੀ ਤਾਂ ਹੋਇਆ। ਤੁਸੀਂ ਨਾਮ ਦੱਸੋ? ਬਬੀਤਾ ਨਾਮ ਹੈ ਮੇਰਾ। ਜੀ ਇਹ ਜਿਹੜਾ ਗੰਦਾ ਨਾਲਾ ਤੁਹਾਡੇ ਲਈ ਕਿਹੜੀ ਮੁਸੀਬਤ ਲੈ ਕੇ ਆਉਂਦਾ ਹੈ? ਸਰ ਬੱਚੋ ਕੇ ਪੇਟ ਮੇ ਇਨਫੈਕਸ਼ਨ, ਬਾਰਿਸ਼ ਮੇ ਜਬ ਇਤਨਾ ਜ਼ਿਆਦਾ ਵੋ ਹੋ ਜਾਤਾ ਹੈ, ਉਸਮੇ ਬਹੁਤ ਇਨਫੈਕਸ਼ਨ ਬੱਚੋ ਕੋ ਆਤੀ ਹੈ। ਆਪ ਕਿਆ ਕਾਮ ਕਰਤੇ ਹੈ? ਮੈਂ ਸਕੂਲ ਮੇ ਕਾਮ ਕਰਤੀ ਹੂੰ। ਛੋਟੇ ਬੱਚੇ ਉਨਕੋ ਕਿਤਨਾ ਪ੍ਰਭਾਵਿਤ ਕਰਤਾ ਹੈ ਨਾਲਾ? ਬਹੁਤ ਜ਼ਿਆਦਾ, ਕਿਉਂਕਿ ਇਨਫੈਕਸ਼ਨ ਸਬਸੇ ਜ਼ਿਆਦਾ ਬੱਚੋ ਕੋ ਹੀ ਪਕੜਤੀ ਹੈ, ਬਹੁਤ ਜ਼ਿਆਦਾ ਦਿੱਕਤੇ ਆਤੀ ਹੈ ਬੱਚੋ ਕੋ। ਹਮ ਤੋ ਯਹੀ ਚਾਹਤੇ ਹੈ ਕਿ ਵੀ ਇਸਕਾ ਸੁਧਾਰ ਹੋ। ਆਪ ਆਪਣਾ ਨਾਮ ਬਤਾਓ? ਅਨੁਰਾਗ। ਇਹ ਜਿਹੜਾ ਗੰਦਾ ਨਾਲਾ, ਇਸ ਨੂੰ ਲੈ ਕੇ ਕੀ ਕਹੋਗੇ? ਹਾਂਜੀ, ਬਦਬੂ ਫੈਲਾ ਕੇ। ਤੁਸੀਂ ਆਪਣਾ ਨਾਮ ਦੱਸੋ? ਭਾਈ ਨਾਮ ਲਖਵਿੰਦਰ ਸਿੰਘ ਹੈ ਜੀ। ਲਖਵਿੰਦਰ ਜੀ, ਇਹ ਜਿਹੜਾ ਬੁੱਢਾ ਨਾਲਾ ਹੈ ਉਸ ਨੂੰ ਲੈ ਕੇ ਗੱਲ ਕਰੋ ਕਿ ਇਸ ਨਾਲੇ ਦੇ ਸੁਧਾਰ ਦੇ ਲਈ ਕੀ ਉਪਰਾਲੇ ਕੀਤੇ ਗਏ, ਕਿੰਨੇ ਕਰ ਕਾਰਗਰ ਹੋਏ?
ਇਸ ਲਈ ਤਾਂ ਹਜੇ ਕੱਲੀਆਂ ਜਾਲੀਆਂ ਹੀ ਲੱਗੀਆਂ ਵਾ, ਜਦੋਂ ਬਾਰਿਸ਼ ਦਾ ਮਾਹੌਲ ਹੁੰਦਾ ਵਾ ਉਦੋਂ ਬਹੁਤ ਸਮੈਲ ਆਉਂਦੀ ਆ, ਬੱਚੇ ਲੰਘਦੇ ਆ, ਗਰਮੀਆਂ ਚ ਮੱਛਰ ਮੁੱਛਰ ਜਿਹਦੇ ਨਾਲ ਬੱਚੇ ਬਿਮਾਰ ਹੁੰਦੇ ਆ, ਕਾਫੀ ਦਿੱਕਤਾਂ ਆਉਂਦੀਆਂ ਵਾ, ਬਾਰਿਸ਼ ਦੇ ਕਾਰਨ ਪਾਣੀ ਬਾਹਰ ਫੈਲ ਜਾਂਦਾ ਵਾ, ਕਈ ਵਾਰ ਤਾਂ ਪੁੱਲ ਤੇ ਜਿਹਦੇ ਨਾਲ ਸੀਵਰੇਜ ਜਾਮ, ਸੜਕਾਂ ਜਾਮ ਰਹਿੰਦੀਆਂ, ਇੱਥੇ ਸਾਰੇ ਨਾਲ ਇੱਥੇ ਰਸ਼ ਬਹੁਤ ਲੱਗਦਾ, ਫਿਰ ਜਦੋਂ ਚਿੱਕੜ ਹੁੰਦਾ ਵਾ ਇੱਥੇ ਲੰਘਣਾ ਔਖਾ ਹੋ ਜਾਂਦਾ ਜੀ ਚਿੱਕੜ ਦੇ ਨਾਲ। ਸਰਕਾਰ ਦਾ ਕੋਈ ਉਪਰਾਲਾ ਤੁਸੀਂ ਦੱਸ ਸਕਦੇ ਹੋ? ਸਰਕਾਰਾਂ ਦਾ ਜੀ ਹੁਣ ਜੇ ਸਾਰੀਆਂ ਜ਼ਿੰਮੇਵਾਰ ਹੋਣਗੀਆਂ ਤਾਂ ਹੀ ਸਹੀ ਕਰਨਗੀਆਂ ਜੀ। ਤੁਹਾਡੇ MP ਸਾਹਿਬ ਰਵਨੀਤ ਬਿੱਟੂ ਹੋਰਾਂ ਨੇ ਕੋਈ ਕੰਮ ਕੀਤਾ? ਅਜੇ ਤਾਂ ਜੀ ਕੱਲੀਆਂ ਜਾਲੀਆਂ ਲੱਗੀਆਂ ਜੀ ਇੱਥੇ ਜੀ ਲੱਗੀਆਂ। ਹਾਂਜੀ, ਤੇ ਕੋਲੇ ਆ ਪੇੜ ਪੂੜ ਲੱਗਿਆ ਥੋੜਾ ਜਿਹਾ, ਕਾਰਨ ਥੋੜੀ ਸਮੈਲ ਸਮੂਲ ਘਟੀ, ਨਹੀਂ ਤਾਂ ਅਦਰਵਾਈਜ਼ ਤਾਂ ਇੱਥੇ ਸਮੈਲ ਬਹੁਤ ਆਉਂਦੀ ਹੈ, ਜਿਹਦੇ ਕਾਰਨ ਬੱਚਿਆਂ ਨਾਲ ਮੱਛਰ, ਛੋਟੇ ਛੋਟੇ ਬੱਚੇ ਖੇਡਦੇ ਇੱਥੇ ਵਿਚਾਰਿਆਂ ਦੇ, ਛੋਟੇ ਛੋਟੇ ਘਰ ਹੈ, ਸਾਰਿਆਂ ਦੇ ਨਾਲ ਦਿੱਕਤਾਂ ਤਾਂ ਆਉਂਦੀਆਂ ਹੀ ਹੈ ਜੀ, ਤੁਹਾਨੂੰ ਪਤਾ, ਸਮਝਦਾਰ ਹੋ। ਤੁਸੀਂ ਆਪਣਾ ਨਾਮ? ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਜਤਿੰਦਰ ਸਿੰਘ ਖੰਗੂੜਾ ਵਾ। ਜਤਿੰਦਰ ਜੀ, ਇਹ ਜਿਹੜਾ ਬੁੱਢਾ ਨਾਲਾ ਹੈ, ਇਸ ਦੀ ਸਫਾਈ ਦੇ ਲਈ ਕੀ ਉਪਰਾਲੇ ਕੀਤੇ ਗਏ ਤੇ ਕੀ ਤੁਹਾਨੂੰ ਲੱਗ ਰਿਹਾ ਕਿ ਉਹਦਾ ਇੰਪੈਕਟ ਪਿਆ? ਸਰ, ਇਹ ਬੁੱਢਾ ਨਾਲਾ ਜਿਹੜਾ ਹੈਗਾ ਅਸਲ 'ਚ ਚੋਣਾਂ ਲਈ ਮੁੱਖ ਇੱਕ ਮੁੱਦਾ ਬਣ ਕੇ ਲੁਧਿਆਣੇ ਸਾਹਮਣੇ ਆ ਜਾਂਦਾ ਵਾ। ਹੁਣ ਤੱਕ ਵੱਖ ਵੱਖ ਸਰਕਾਰਾਂ ਆਈਆਂ ਨੇ, ਉਹਦੇ ਨਾਂ ਤੇ ਰਾਜਨੀਤੀ ਬਹੁਤ ਹੋਈ ਆ, ਰਾਜਨੀਤੀ ਹੋਈ ਆ, ਬਟ ਇਹਦਾ ਕੋਈ ਅਸਲ ਹੱਲ ਨਹੀਂ ਲੱਭਿਆ। ਤੁਸੀਂ ਸਤਲੁਜ ਦੇਖੋ ਸਰ, ਪਿੱਛੋਂ ਮੇਰੇ ਕਲੀਨ ਆਉਂਦਾ ਵਾ, ਬਟ ਜਿੱਥੇ ਜਾ ਕੇ ਬੁੱਢਾ ਨਾਲਾ ਮਿਲਦਾ ਵਾ, ਉਦੋਂ ਬਾਅਦ ਸਤਲੁਜ ਕਾਲਾ ਹੋ ਜਾਂਦਾ ਸਰ, ਜਿੰਨਾ ਡਾਇੰਗ ਦਾ ਪਾਣੀ ਆ ਸਾਰਾ ਇਹ ਮਿਕਸ ਆ। ਹੁਣ ਸਾਡੇ ਪੰਜਾਬ ਸਰਕਾਰ ਦੇ ਵਿੱਚ ਜੋ ਮਾਨਸਾ ਵਾਲੀ ਸਰਕਾਰ ਆਈ ਆ, ਸੰਤ ਸੀਚੇਵਾਲ ਸਾਹਿਬ ਨੇ ਇਹਦਾ ਜ਼ਿੰਮਾ ਚੱਕਿਆ ਵਾ, ਜਿਹੜਾ ਹਰ 4 ਕਿਲੋਮੀਟਰ ਦੇ ਬਾਅਦ ਟ੍ਰੀਟਮੈਂਟ ਪਲਾਂਟ ਲਾਏ ਨੇ, ਇਹ ਨਾਲ ਪਾਈਪਾਂ ਲਾ ਕੇ ਇਹਨੂੰ ਪਾਣੀ ਨੂੰ ਸਾਫ਼ ਕਰੀ ਜਾ ਰਿਹਾ, ਕਾਫੀ ਹੱਦ ਤੱਕ ਅੱਗੇ ਨਾਲ ਸੁਧਾਰ ਆ, ਬਟ ਦੇਖੋ ਸਰ ਆਉਣ ਵਾਲੇ ਹੋ ਜਾਏਗਾ ਪੱਕਾ ਹੱਲ ਲੱਗ ਗਿਆ। ਤੁਸੀਂ ਆਪਣਾ ਨਾਮ ਦੱਸੋ? ਮੇਰਾ ਨਾਮ ਸਤਵਿੰਦਰ ਆ ਬੇਟੇ। ਤੁਸੀਂ ਇਹ ਜਿਹੜਾ ਬੁੱਢਾ ਨਾਲਾ ਹੈ, ਉਸ ਨੂੰ ਲੈ ਕੇ ਕੀ ਕਹੋਗੇ? ਅਸੀਂ ਤਾਂ ਬਹੁਤ ਕੁਝ ਕਹਿਣਾ ਚਾਹੁੰਦੇ ਹਾਂ, ਕਿਉਂਕਿ ਇੱਕ ਤਾਂ ਇਹਦੀ ਸਫਾਈ ਹੈ ਨਹੀਂ, ਇਹ ਬੁੱਢੇ ਦਰਿਆ ਦੀ ਕਰਕੇ ਸੀਵਰੇਜ ਸਾਡੇ ਬੰਦ ਨੇ, ਘਰਾਂ ਦੇ ਵਿੱਚ ਬੈਠਣਾ ਔਖਾ ਹੋਇਆ ਹੈ, ਇੰਨੀਆਂ ਉੱਥੇ ਸਮੈਲਾਂ ਆਉਂਦੀਆਂ ਨੇ, ਸੀਵਰੇਜ ਬਲੌਕ ਹੋਏ ਹੋਏ ਨੇ, ਉਹ ਕੋਈ ਖੋਲਣ ਵਾਲਾ ਨਹੀਂ ਹੈਗਾ, ਕਿਉਂ ਨਹੀਂ ਹੈਗਾ? ਕੀ ਗੌਰਮੈਂਟ ਦੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ? ਹੈਂ, ਗੌਰਮੈਂਟ ਨੂੰ ਇਹ ਤਾਂ ਸੋਚਣਾ ਚਾਹੀਦਾ, ਜਿਹੜੇ ਇਨਸਾਨ ਰਹਿੰਦੇ ਆ ਉਹ ਵੀ ਇਨਸਾਨ ਆ, ਕਿਤੇ ਉਹ ਆਪ ਤਾਂ ਨਹੀਂ ਹੈਗੇ ਬੰਦੇ ਜਿੱਥੇ ਆਪਦੀ ਸਫਾਈ ਕਰਾਉਂਦੇ ਆ, ਉਹਨਾਂ ਨੂੰ ਸੋਚਣਾ ਚਾਹੀਦਾ ਕਿ ਨਹੀਂ ਸੋਚਣਾ ਚਾਹੀਦਾ? ਸਭ ਤੋਂ ਪਹਿਲਾਂ ਤਾਂ ਜਾ ਕੇ ਸੀਵਰੇਜਾਂ ਦਾ ਹਾਲ ਦੇਖੋ, ਬੁੱਢੇ ਦਰਿਆ ਦੇ ਨਾਲ ਨਾਲ ਸੀਵਰੇਜ ਵੀ ਦੇਖੋ ਵੀ ਕਿੰਨਾ ਬੁਰਾ ਹਾਲ ਆ ਉੱਥੇ, ਜਦੋਂ ਸੀਵਰੇਜ ਭਰ ਜਾਂਦੇ ਗਲਿਆਂ 'ਚ ਲੰਘਣਾ ਔਖਾ ਹੋ ਜਾਂਦਾ, ਕਿੰਨਾ ਕੁ ਅਗਲਾ ਕਿਸੇ ਨੂੰ ਕਹੂਗਾ? ਦੱਸੋ ਹੈਗਾ ਕੋਈ ਹੈਦਾ ਹੱਲ? ਸਰਕਾਰ ਨੇ ਕੋਈ ਉਪਰਾਲਾ ਕੀਤਾ ਤੁਸੀਂ ਯਾਦ ਕਰ ਸਕਦੇ ਹੋ? ਕੁਛ ਕੀਤਾ, ਅਸੀਂ ਤਾਂ ਹੰਭ ਗਏ ਹਾਂ, ਹੁਣ ਸਰਕਾਰ ਕੋਲ ਸਾਡੇ ਕੋਲ ਸਭ ਨੇ ਦੇਖਿਆ ਕਿ ਹਾਲ ਘਰਾਂ ਦੇ ਹਾਲ ਕੀ ਹਾਲ ਆ, ਹੈ ਤਾਂ ਇਹਦੇ ਸੀਵਰੇਜ ਦੀ ਨਾਲੇ ਦੀ ਬਦੌਲਤ ਆ ਨਾ, ਜੇ ਨਾਲੇ ਦੀ ਸਫਾਈ ਹੋਵੇ ਸੀਵਰੇਜ ਦਾ ਸਫਾਈ ਹੋਵੇ, ਕਿਉਂ ਸੀਵਰੇਜ ਬਲੌਕ ਹੋਣ? ਉਹਦੀ ਕੋਈ ਹੈ ਨਹੀਂ ਕਿਸੇ ਨੂੰ, ਉਹਦੇ ਬਾਰੇ ਸੋਚੋ ਰਾਜੇ, ਇਹ ਵੀਡੀਓ ਨਾਲ ਕੁਛ ਨਹੀਂ ਬਣਨਾ, ਇਹ ਦੇਖਣ ਆ ਕੇ ਗੌਰਮੈਂਟ ਦੇਖੇ ਆ ਕੇ ਪਤਾ ਲੱਗੇ, ਗੌਰਮੈਂਟ ਨੂੰ ਜਿਹੜੇ ਬੰਦੇ ਹੈਗੇ ਨੇ ਉਹ ਆ ਕੇ ਦੇਖਣ ਵੀ ਹਾਂ ਦੁਨੀਆ ਕਿਵੇਂ ਰਹਿੰਦੀ ਆ। ਸਾਨੂੰ ਤਾਂ ਬਹੁਤ ਤਕਲੀਫ ਆ ਰਾਜੇ, ਇਸ ਕਰਕੇ ਅਸੀਂ ਕਹਿੰਦੇ ਹਾਂ। ਸ਼ੁਕਰੀਆ। ਤੁਸੀਂ ਦੱਸੋ ਆਪਣਾ ਨਾਮ? ਮੇਰਾ ਨਾਮ ਸੋਨੂ ਕਲਿਆਣ। ਤੁਸੀਂ ਦੱਸੋ ਇਹ ਜਿਹੜਾ ਬੁੱਢਾ ਨਾਲ ਆ, ਇਸ ਨੂੰ ਲੈ ਕੇ ਤੁਹਾਡੀ ਕੀ ਦਿੱਕਤ ਹੈ? ਸਾਨੂੰ ਤਾਂ ਬਹੁਤ ਦਿੱਕਤ ਹੈ ਜੀ, ਸਾਡੇ ਤਾਂ ਘਰ ਨਾਲ ਹੀ ਹੈ, ਨਾਲੇ ਦੇ ਕੰਢੇ ਹੀ ਹੈਗੇ, ਅਸੀਂ ਤਾਂ ਜੰਮੇ ਪਲੇ ਇੱਥੇ ਹੀ ਹੈਗੇ ਆ, ਜੰਮਣ ਪੜਨ ਦੇ ਉੱਤੇ ਦੇਖਿਆ ਕਿ ਵੀ ਉਦੋਂ ਸਾਡੇ ਮੇਰੇ ਛੋਟਾ ਭਰਾ ਵਾ ਜਿਹੜਾ, ਉਹ ਵੀ ਇਹਦੇ ਕਰਕੇ ਬਿਮਾਰ, ਕਾਫੀ ਟਾਈਮ ਤੋਂ ਬਿਮਾਰ ਰਹੇ ਆ, ਮੇਰੇ ਫਾਦਰ ਸਾਹਿਬ ਵੀ ਬਿਮਾਰ ਰਹੇ ਆ, ਕਿਉਂਕਿ ਇਹ 'ਚ ਸਮੈਲ, ਗੰਦੀ ਬਿਮਾਰੀਆਂ, ਕੈਮੀਕਲ ਜਿੰਨਾ ਵੀ ਹੈਗਾ ਇਹਦੇ 'ਚ ਹੀ ਹੈਗਾ, ਇਹਦੇ ਕਰਕੇ ਹੋਰ ਸਾਡੇ ਜਿਹੜੇ ਨਾਲ ਦੇ ਆਸ ਪੜੋਸ ਵਾਲੇ ਆ ਉਹਨਾਂ ਨੂੰ ਕੈਂਸਰ ਵਗੈਰਾ ਜਾਂ TB ਦੀ ਸ਼ਿਕਾਇਤ, ਹਰ ਇੱਕ ਤਰ੍ਹਾਂ ਦੀ ਜਿਹੜੀ ਦਿੱਕਤ ਇਨਸਾਨ ਦੇ ਅੰਦਰ ਦੂਰ ਦੂਰ ਤੱਕ ਨਹੀਂ ਹੈ, ਉਹ ਨਾਲੇ ਦੇ ਕੰਢੇ ਤੁਹਾਨੂੰ ਹਰੇਕ ਬਿਮਾਰੀ ਮਿਲੇਗੀ ਇੱਥੇ। ਕੀ ਕਹਿਣਾ ਚਾਹੋਗੇ ਸਰਕਾਰ ਨੂੰ? ਸਰਕਾਰ ਨੂੰ ਇਹੀ ਕਹਿਣਾ ਚਾਹਾਂਗੇ ਅਸੀਂ ਕਿ ਜਿਹੜੇ ਤੁਸੀਂ ਇਹ ਪਲਾਂਟ ਬਣਾਏ ਆ ਫਿਲਟਰ ਵਾਲੇ, ਉਹ ਤਾਂ ਚਲੋ ਵਧੀਆ ਹੋ ਗਿਆ ਵਾ, ਅਸੀਂ ਕਹਿੰਦੇ ਕਿ ਹੋਰ ਜਲਦ ਤੋਂ ਜਲਦ ਇਹਦਾ ਨਾ ਇਹਨੂੰ ਸਾਫ਼ ਕਰੇ, ਕਲੀਨ ਕਰੇ, ਕਿ ਜਿਹੜੀ ਆਸ ਪਾਸ ਦੀ ਜਨਤਾ ਰਹਿਣ ਵਾਲੀ ਆ ਉਹਨੂੰ ਰਾਹਤ ਮਿਲੇ। ਜਿਹੜਾ ਪਲਾਂਟ ਲੱਗਿਆ ਤੁਹਾਡੇ ਇਹ ਹੈਬੋਵਾਲ ਤੇ ਕਿੰਨੇ ਕੁ ਦੂਰੀ 'ਚ ਹੈ?
ਸਾਡੇ ਬਿਲਕੁਲ ਪਲਾਂਟ ਇੱਕ ਕਿਲੋਮੀਟਰ ਦੀ ਕਿਲੋਮੀਟਰ ਦੀ ਦੂਰੀ ਚ ਲੱਗਾ ਹੋਇਆ, ਕਿਲੋਮੀਟਰ ਵੀ ਨੀ ਹੈਗਾ ਮੇਰੇ ਖਿਆਲ, ਅੱਧਾ ਕਿਲੋਮੀਟਰ ਦੀ ਦੂਰੀ ਤੇ ਪਲਾਂਟ ਲੱਗਿਆ ਵਾ, ਬਹੁਤ ਵੱਡਾ ਪਲਾਂਟ ਲਾਇਆ ਵਾ ਆਮ ਆਦਮੀ ਪਾਰਟੀ ਸਰਕਾਰ ਕੰਮ ਕਰ ਰਿਹਾ। ਹਾਂਜੀ ਕੰਮ ਸਟਾਰਟ ਹੋ ਗਿਆ, ਉਹ ਸਾਫ਼ ਕਰਦਾ ਹੈ ਪਾਣੀ। ਹਾਂਜੀ ਪਾਣੀ ਹੋ ਗਿਆ, ਉਹ ਚ ਚਾਲੂ ਹੋ ਗਿਆ, ਕੁਛ ਮਸ਼ੀਨਾਂ ਚਾਲੂ ਹੋ ਗਿਆ, ਕੁਛ ਰਹਿ ਗਈਆਂ ਵਾ, ਪੂਰੀ ਤਰ੍ਹਾਂ ਨਹੀਂ ਹੈ। ਨਹੀਂ ਪੂਰੀ ਤਰ੍ਹਾਂ ਨਹੀਂ, ਹਜੇ ਬਣਦਾ ਪਿਆ ਉਹ। ਅਸੀਂ ਗੱਲ ਕੀਤੀ ਹੈਬੋਵਾਲ ਜਿਹੜਾ ਪਿੰਡ ਹੈਗਾ ਉਹਦੇ ਬਸਿੰਦਿਆਂ ਦੇ ਨਾਲ, ਉਹਨਾਂ ਦਾ ਕਹਿਣਾ ਹੈ ਕਿ ਇਹ ਜਿਹੜਾ ਨਾਲਾ ਹੈ ਪਿਛਲੇ 30-30 ਦਹਾਕਿਆਂ ਤੇ ਇਹਦੀ ਜਿਹੜੀ ਸ਼ਕਲੋ ਸੂਰਤ ਹੈ, ਇਹਦਾ ਜਿਹੜਾ ਪੋਲਿਊਸ਼ਨ ਹੈ ਲਗਾਤਾਰ ਵਧੀ ਜਾ ਰਿਹਾ। ਸਰਕਾਰ ਦਾਅਵੇ ਜ਼ਰੂਰ ਕਰਦੀ ਹੈ ਕਿ ਉਪਰਾਲੇ ਕੀਤੇ ਜਾ ਰਹੇ ਨੇ, ਐਫਲੂਐਂਟ ਟ੍ਰੀਟਮੈਂਟ ਪਲਾਂਟ ਲਗਾਏ ਜਾਂਦੇ ਨੇ ਤੇ ਪੰਪਿੰਗ ਸਟੇਸ਼ਨ ਲਗਾਏ ਜਾ ਰਹੇ ਨੇ, ਲੇਕਿਨ ਜਿਹੜੇ ਲੋਕਾਂ ਦੀ ਦਿੱਕਤ ਹੈ ਉਹਦੇ ਵਿੱਚ ਲਗਾਤਾਰ ਇਜ਼ਾਫਾ ਹੋ ਜਾਂਦਾ। ਲੋਕ ਸਾਡੇ ਨਾਲ ਦੱਸ ਰਹੇ ਸੀ ਕਿ ਕਿਵੇਂ ਬਰਸਾਤ ਦੇ ਮੌਸਮ ਦੇ ਦੌਰਾਨ ਜਦੋਂ ਹੜ੍ਹ ਆਉਂਦੀ ਹੈ, ਹੜ੍ਹ ਦੇ ਵੇਲੇ ਇਹਦਾ ਗੰਦੇ ਨਾਲੇ ਦਾ ਪਾਣੀ ਉਹਨਾਂ ਦੇ ਘਰ ਦੇ ਵਿੱਚ ਵੜ ਜਾਂਦਾ ਹੈ ਤੇ ਬਿਮਾਰੀਆਂ ਬਹੁਤ ਸਾਰੀਆਂ ਹੋ ਰਹੀਆਂ ਨੇ, ਸਾਹ ਦੀ ਬਿਮਾਰੀ ਲੈ ਲਓ ਜਾਂ ਦੂਜੀਆਂ ਬਿਮਾਰੀਆਂ, ਤੇ ਲੋਕੀ ਬਹੁਤ ਪਰੇਸ਼ਾਨ ਨੇ। ਤੇ ਵੱਡੀ ਗੱਲ ਇਹ ਕਿ ਐਤਕੀ ਲੋਕ ਸਭਾ ਚੋਣਾਂ ਦੇ ਦੌਰਾਨ ਬੁੱਢੇ ਨਾਲੇ ਦੀ ਪੋਲਿਊਸ਼ਨ ਦਾ ਜਿਹੜਾ ਇਸ਼ੂ ਹੈ ਉਹ ਜ਼ਰੂਰ ਉੱਠੇਗਾ, ਤੇ ਲੋਕਾਂ ਨੇ ਸਾਫ਼ ਸਾਫ਼ ਕਹਿ ਦਿੱਤਾ ਹੈ ਕਿ ਜੋ ਪਾਰਟੀ ਉਹਨਾਂ ਨੂੰ ਇਸ ਪੋਲਿਊਸ਼ਨ ਤੇ ਇਸ ਬੁੱਢੇ ਨਾਲੇ ਦੇ ਨਾਲ ਜਿਵੇਂ ਕਿ ਬਿਮਾਰੀਆਂ ਪਾਣੀ ਦੇ ਨਾਲ ਬਿਮਾਰੀਆਂ ਹੋ ਰਹੀਆਂ ਉਹਨਾਂ ਤੇ ਨਿਜਾਤ ਦਿਲਾਵੇਗਾ, ਉਹਨਾਂ ਨੂੰ ਉਹਨਾਂ ਦੀ ਵੋਟ ਪੈਗੀ। ਤੇ ਐਸਨ ਅੱਜ ਦੀ ਪੰਚਾਇਤ ਲੋਕਾਂ ਦੇ ਨਾਲ ਅਸੀਂ ਕੀਤੀ, ਅੱਜ ਦਾ ਇਸ਼ੂ ਚੁੱਕਿਆ, ਤੁਸੀਂ ਦੇਖਦੇ ਰਹੋ ਪੰਜਾਬ ਤੱਕ।